मन के कहना चाहना कोई प्रबंध हों पैसों का? हम प्रबंध वीरे 1.5 लाख का होया, वह भी व्याजू पैसे फड़े ने सी तीन थावां तो। सज्जनों साडा गवांडी पिंड बड़बरा, इतों एक नौजवान बड़ा तकड़ा वधिया खिडारी आ, कामयाब हो सकता जे तुसी करोगे कामयाब। वीडियो शेयर करके ते सरकारां तक वीडियो पहुँचा के, लोगों तक वीडियो पहुँचा के, मैं उत्थे ग्राउंड च ही खड़ा क्योंकि मैं नॉर्मल ही खड़ा, कोई वाला तैयार नहीं हो। गवांडी पिंड मोटरसाइकिल ते चढ़ के मुरे आ गया, बाई की खेडदा, किन्ने क नाम जितते ने। मैं सुना वो बाहरले देश जाना बाई ने खेडन, कोई पैसों का नहीं प्रबंध हो रहा जा की नहीं गलबात हुई, मन टुट गया बाई का। बई की हाल ने वीरे? सत श्री अकाल। ठीक है बई, ले माइक ला दिए, आ जा बई उरे बह जाने आप। बई पहले तो आप कर लेना शुरू, किन्ने पढ़े हाँ तुम वीरे? मेरी BCA चलती पी है वीरे। उम्र कहन का मतलब किन्नी होगी? मेरी 21 साल। ਬਈ ਆਪਾਂ ਵੀਡੀਓ ਦੇਖਣ ਨੂੰ ਦੱਸ ਦਈਏ, ਤੁਸੀਂ ਕਿਹੜੀ ਖੇਡ ਖੇਡਦੇ ਹੋ? ਕਿੱਕ ਬਾਕਸਿੰਗ। ਅਤੇ ਇਨਾਮ ਬਈ ਕਿੰਨੇ ਕੁ ਜਿੱਤੇ ਨੇ? 3 ਨੈਸ਼ਨਲਾਂ ਖੇਡੀਆਂ ਨੇ, 3 'ਚੋਂ ਮੈਡਲ ਲਏ ਨੇ। ਮੈਡਲ ਜਿੱਤੇ ਨੇ? ਹਾਂਜੀ ਉਹਨਾਂ 'ਚੋਂ। ਹਾਂਜੀ ਮੰਨ ਲਓ ਜਿਹੜੇ ਮੈਡਲ ਜਿੱਤੇ ਨੇ ਉਹ ਮੂਹਰਲਿਆਂ 'ਚ ਆ ਜਾਂਦੇ ਨੇ ਜੇ ਆਪਾਂ ਦੇਸੀ ਭਾਸ਼ਾ 'ਚ ਕਹੀਏ, ਹੈ ਨਾ? ਇੱਕ ਇੰਟਰਨੈਸ਼ਨਲ ਖੇਡਿਆ ਇਹ ਤਿਕਰ ਮੈਂ ਜੀ, ਉਹ 'ਚ ਵੀ ਸਿਲਵਰ ਮੈਡਲ ਹੈ ਮੇਰਾ। ਠੀਕ ਹੈ। ਅਤੇ ਬਈ ਮੈਂ ਹੁਣ ਸੁਣਿਆ ਵੀ ਤੁਸੀਂ ਨੇ ਖੇਡਣ ਜਾਣਾ। ਹਾਂਜੀ ਵਰਲਡ ਚੈਂਪੀਅਨਸ਼ਿਪ ਜਾਣਾ ਵੀਰੇ, ਪੁਰਤਗਾਲ। ਪੁਰਤਗਾਲ ਦੇਸ਼ ਆ ਕੋਈ ਬਾਹਰਲਾ, ਹੈ ਨਾ ਬਈ? ਹਾਂਜੀ ਜਹਾਜ਼ ਰਾਹੀਂ ਜਾਇਆ ਜਾਊ ਬਈ। ਹਾਂਜੀ। ਅਤੇ ਬਈ ਕਿੰਨਾ ਖਰਚਾ ਜੀ ਉਹਦੇ ਉੱਤੇ? ਉਹਦੇ 2.5 ਲੱਖ ਟੋਟਲ ਖਰਚਾ। 2.5 ਲੱਖ ਆ ਜੀ, ਹੈ ਨਾ? ਮੇਨ ਮੁੱਦੇ ਦੀ ਗੱਲ ਕਰਦੇ ਹਾਂ ਬਈ, ਇਹ ਸਰਕਾਰਾਂ ਤੱਕ ਗਈ ਹੈ ਆਪਣੀ ਗੱਲਬਾਤ ਵੀਡੀਓ ਬਾਰੇ? ਗਈ ਹੈ ਵੀਰੇ। ਹਾਂ ਜਾ ਕੇ ਆਏ ਅਸੀਂ ਆਪਣੇ MLA ਸਾਹਿਬ ਕੋਲੇ, ਕਈ ਵਾਰ ਗਏ ਹਾਂ ਪਰ ਕੋਈ ਰਾਹ ਨਹੀਂ ਪੈਂਦਾ। ਰਾਹ ਨਹੀਂ ਪੈਂਦਾ ਕਈ ਵਾਰੀ ਗੱਲ ਨਾ। ਅਤੇ ਬਈ ਨੋਰਮਲ ਫੈਮਿਲੀ ਮੇਰੇ ਵਾਂਗੂ ਆਮ ਨੋਰਮਲ ਫੈਮਿਲੀ? ਅਤੇ ਬਈ ਕੀ ਬੇਨਤੀ ਮੰਨ ਕੇ ਕਹਿਣਾ ਚਾਹੁੰਦਾ, ਕੋਈ ਪ੍ਰਬੰਧ ਹੁੰਦਾ ਪੈਸਿਆਂ ਦਾ? ਹੁਣ ਪ੍ਰਬੰਧ ਵੀਰੇ 1.5 ਲੱਖ ਦਾ ਹੋਇਆ, ਉਹ ਵੀ ਵਿਆਜੂ ਪੈਸੇ ਫੜੇ ਨੇ ਸੀ ਤਿੰਨ ਥਾਵਾਂ ਤੋਂ। ਇੱਕ ਤਾਂ ਮੇਰੀ ਮਾਂ ਦੇ ਗਹਿਣੇ ਰੱਖਣੇ ਸੀ ਸੁਨਿਆਰੇ ਦੇ, ਥੋੜ੍ਹੇ ਮੋਟੇ ਉਹ ਤੋਂ ਕਿਉਂ ਛੜਾ ਲਾਂਗੇ ਬਾਅਦ 'ਚ ਜਦੋਂ ਫਸਲ ਦੇ ਪੈਸੇ ਆ ਗਏ। ਹੁਣ ਭਰਨੇ ਵੀ ਜ਼ਰੂਰੀ ਸੀ ਬਾਈ, ਐਂਡ ਵਾਲੀ ਸਟੇਜ 'ਤੇ ਜੇ ਨਹੀਂ ਭਰਦੇ ਤਾਂ ਹੁੰਦਾ ਹੀ ਆ। ਹੁਣ ਖੇਡ ਵਿੱਚ ਸਾਰਾ ਕੁਝ ਛੱਡੀ ਬੈਠੇ। ਕਿੰਨੇ ਭਾਈ ਹੋ ਬਾਈ? ਮੈਂ ਇਕੱਲੇ ਹੀ। ਅਤੇ ਭੈਣ? ਨਹੀਂ ਭੈਣ। ਅਤੇ ਇਕੱਲਾ ਮਤਲਬ ਕਿ ਕਮਾਉਣ ਨਹੀਂ ਹਲੇ ਲੱਗਿਆ, ਹੈ ਨਾ? ਨਹੀਂ ਕਮਾਉਣ ਪੜ੍ਹਦੇ ਹਾਂ। ਹਾਂਜੀ। ਪਰ ਜਿਹੜੀ ਤੁਸੀਂ ਖੇਡ 'ਚੋਂ ਬਾਈ, ਇਹਦੇ ਅੱਗੇ ਜਿਵੇਂ ਆਪਾਂ ਕਹਿੰਦੇ ਹੁੰਦੇ ਹਾਂ ਦਿਨ ਬਦਲ ਜਾਣਗੇ ਜੇ ਲੋਕ ਸ਼ੁਰੂ ਤੋਂ ਇੱਕ ਟੁੱਲਦਾ ਸਾਰਾ ਲੱਗੇ। ਹਾਂਜੀ ਹੈ ਨਾ। ਅਤੇ ਬਾਈ ਕਿੰਨਿਆਂ ਦੀ ਹੁਣ ਜ਼ਰੂਰਤ ਆ ਮੰਨ ਕੇ ਚੱਲ ਪੈਸੇ? ਮੇਰਾ 1 ਲੱਖ ਰੁਪਇਆ ਰਹਿ ਗਿਆ ਵੀਰੇ। 1 ਲੱਖ ਦਾ? ਸਰਕਾਰ ਨੂੰ ਵੀ ਬੇਨਤੀ ਹੈ ਬਾਈ, ਵੀਡੀਓ ਸ਼ੇਅਰ ਕਰ ਦਿਓ ਨਾ, ਉਹਨਾਂ ਦੇ ਭਾਅ ਦਾ ਬਾਈ ਕੁਛ ਵੀ ਨਹੀਂ ਹੈਗਾ। ਉਹਨਾਂ ਦੇ ਭਾਅ ਤਾਂ, ਅਤੇ ਦੂਸਰੀ ਗੱਲ ਲੋਕਾਂ ਦੇ ਭਾਅ ਦਾ ਵੀ ਨਹੀਂ ਕੋਈ ਗੱਲਬਾਤ ਹੈਗੀ ਬਾਈ, ਹੈ ਨਾ ਬਾਈ? ਇੱਕ ਹੋਰ ਗੱਲ ਆ, ਕਈ ਵਾਰੀ ਮਿਹਨਤ ਜਿਹੜਾ ਬੰਦਾ ਕਰਦਾ ਉਹਦੇ ਲਈ ਲੋਕਾਂ ਨੂੰ ਸਹਾਰਾ ਕਰਨਾ ਜ਼ਰੂਰੀ ਆ। ਜ਼ਰੂਰੀ ਆ ਬਾਈ, ਮੰਨ ਕੇ ਚੱਲ ਮੇਰੇ ਵਰਗਾ ਜਮਾਂ ਨੋਰਮਲ ਆ, ਮੈਂ ਵੀ ਆਪਾਂ ਸੋਚਦੇ ਹਾਂ 5-5 ਲੱਖ ਦੇ ਲਿਮਿਟ ਨੇ, 2-2 ਲੱਖ ਦੇ ਲੋਨ ਨੇ, ਉਹਨਾਂ ਦਾ ਵੀ ਘੱਟੋ ਘੱਟ 2-3 ਲੱਖ ਫਸਲ ਆਉਂਦੀ ਉੱਧਰ ਲੱਗ ਜਾਂਦੀ ਹੈ। ਹਾਂਜੀ, ਉਹ ਵੀ ਵਿਆਜੂ ਚੱਕ ਕੇ ਲਾਉਣਾ ਪੈਂਦਾ ਆਪਾਂ ਨੋਰਮਲ। ਅਤੇ ਹੁਣ ਤੁਸੀਂ ਭਾਰਤ ਦੀ ਟੀਮ 'ਚ ਖੇਡਣ ਜਾ ਰਹੇ ਹੋ? ਹਾਂਜੀ, ਭਾਰਤ ਦੀ ਟੀਮ 'ਚ ਸਿਲੈਕਸ਼ਨ ਹੈ, ਜਿਵੇਂ ਆਪਣੀ ਵੱਡੀ ਕ੍ਰਿਕਟਾਂ ਦੀ ਟੀਮ ਹੁੰਦੀ ਉਹ 'ਚ ਸਿਲੈਕਸ਼ਨ ਹੁੰਦੀ ਹੈ। ਅਤੇ ਪੰਜਾਬ 'ਚ ਕਿੰਨੇ ਮੁੰਡੇ ਹੋ ਤੁਸੀਂ ਬਾਈ? ਪੰਜਾਬ 'ਚ ਅਸੀਂ 4-5 ਹੈਗੇ ਹਾਂ। ਅਤੇ ਉਹ ਦੂਜੇ ਬਾਈ ਕਿੱਥੋਂ ਦੇ ਨੇ? ਦੂਜੇ ਅੱਡ ਜ਼ਿਲ੍ਹਿਆਂ ਦੀ ਆ ਸਾਰੇ, ਸੀ ਬਰਨਾਲੇ ਦਾ ਮੈਂ ਇਕੱਲੇ ਹਾਂ। ਕਦੋਂ ਜਾਣਾ ਬਾਈ? ਅਸੀਂ ਨਵੰਬਰ 'ਚ ਜਾਣੇ, 17-27 ਨਵੰਬਰ ਤੱਕ ਦੇ ਸਾਡੇ ਮੈਚ ਨੇ ਪੁਰਤਗਾਲ 'ਚ। ਮਤਲਬ ਕਿ 1.5 ਮਹੀਨਾ ਪਿਆ, ਹੈ ਨਾ? ਹਾਂ, ਨਵੰਬਰ 'ਚ ਹੀ ਆਣਾ ਅਗਲੇ 'ਚ। ਅਤੇ ਬਾਈ ਮੇਰੇ ਤਾਂ ਆਪਾਂ ਵੀਡੀਓ 'ਚ ਦੁਬਾਰਾ ਕਹਿੰਦੇ ਵੀ ਐਂ ਲੱਗਦੇ, ਹੈ ਨਾ, ਇੱਕ ਤਰ੍ਹਾਂ ਦਾ, ਅਤੇ ਮਿਹਨਤ ਕਰਦੇ ਰਹੋ। ਤੁਹਾਨੂੰ ਕੀ ਲੱਗਦਾ ਬਈ, ਇੱਕ ਮੈਂ ਕਿਹਾ ਵੀਡੀਓ 'ਚ ਵੀ ਬਾਈ ਟੁੱਟ ਜਾ ਚੁੱਕਿਆ, ਹਰੇਕ ਟੁੱਟ ਜਾਂਦਾ ਬੰਦਾ, ਮੈਂ ਵੀ ਟੁੱਟ ਜਾਣਾ ਕਿਸੇ ਵੀ ਕਾਰਨ ਕਰਕੇ, ਅਤੇ ਤੁਹਾਨੂੰ ਆਪਦੀ ਮਿਹਨਤ 'ਤੇ ਕਿੰਨਾ ਕੁ ਯਕੀਨ ਆ? ਮਿਹਨਤ ਯਕੀਨ ਆ ਬਈ, ਮਿਹਨਤ ਤਾਂ ਲਾਈ ਜਾਵਾਂਗੇ, ਮਿਹਨਤ ਨਹੀਂ ਛੱਡਦੇ। ਥੋੜ੍ਹਾ ਮੋਟਾ ਹੋ ਜਾਂਦਾ ਹਾਲਾਤਾਂ ਦੇ ਹਿਸਾਬ ਨਾਲ ਬੰਦਾ ਬਦਲ ਜਾਂਦਾ, ਪਰ ਗਰਾਊਂਡ ਨਹੀਂ ਛੱਡਦੇ ਕਦੇ। ਅਤੇ ਇੱਕ ਗੱਲ ਤੂੰ ਦੇਖੀ ਹੈ ਵੀ, ਜਿਹੜੇ ਬੰਦੇ ਕਾਮਯਾਬ ਹੋਏ ਨੇ ਪੂਰੇ ਫੁੱਲ, ਉਹਨਾਂ ਦੀ ਸ਼ਾਇਦ ਤੁਸੀਂ ਕਿਉਂਕਿ ਤੁਸੀਂ ਆਪਦੇ ਕੰਮ 'ਚ ਮਾਹਰ ਹੋ, ਮੈਂ 2 ਕਿਤਾਬਾਂ ਪੜ੍ਹ ਲੈਣਾ, ਮੈਂ ਉਹਨਾਂ ਦੀ ਹਿਸਟਰੀ ਪੜ੍ਹੀ ਹੈ ਬਈ, ਬਹੁਤ ਨੀਵੇਂ ਥਾਂ ਤੋਂ ਉੱਠੇ ਨੇ। ਅਤੇ ਉਸੇ ਤਰ੍ਹਾਂ ਬਾਈ ਭਰੋਸਾ ਰੱਖ ਕੇ ਮਿਹਨਤ ਰੱਖਿਓ, ਅਤੇ ਲੋਕਾਂ ਨੇ ਸਾਹ ਦੇਣਾ ਦੇਣਾ ਵੀਡੀਓ ਸ਼ੇਅਰ ਕਰਕੇ। ਹਾਂਜੀ, ਉਹਦਾ ਦੇਣਾ। ਅਤੇ ਨੰਬਰ ਬਾਈ, ਨੰਬਰ ਪਾ ਦਿਓ ਤੁਹਾਡਾ ਮਿੱਤਰੋ, ਜੇ ਕੋਈ ਸਹਾਇਤਾ ਕਰਨਾ ਚਾਹੁੰਦਾ, ਬਾਈ ਦਾ ਉੱਪਰ ਨੰਬਰ ਵੀ ਪਿਆ, ਕੋਈ ਇਹਦੇ ਵਿੱਚ ਜ਼ਬਰਦਸਤੀ ਜ਼ੋਰ ਨਹੀਂ, ਨੰਬਰ ਬੋਲ ਸਕਦੇ ਤੁਹਾਡਾ? 98-763-7746। ਪਿੰਡ ਕਿਹੜਾ? ਬੜਬਰ? ਬੜਬਰ ਦਾ। ਅਤੇ ਜ਼ਿਲ੍ਹਾ? ਬਰਨਾਲਾ। ਬਰਨਾਲਾ ਆ ਗਿਆ, ਹਾਂ, ਬਰਨਾਲਾ ਬੜਬਰ ਟੋਲ ਪਲਾਜ਼ੇ ਕੋਲੇ ਆ ਗਿਆ। ਅਤੇ ਬਾਈ ਆਹੀ ਬੜਬਰ ਦਾ ਗਰਾਊਂਡ ਆ ਗਿਆ ਤੁਹਾਡਾ ਬਾਈ, ਹੈ ਨਾ? ਇੱਥੇ ਪ੍ਰੈਕਟਿਸ ਲਾ ਲੈਣਾ ਬਾਈ ਜੀ, ਇੱਥੇ ਪ੍ਰੈਕਟਿਸ ਹੋਣਾ। ਅਤੇ ਯਾਰ ਦੋਸਤ ਵੀ ਵਧੀਆ ਸਪੋਰਟ ਕਰਦੇ ਨੇ, ਉਹ ਖੇਡਣ ਕਰਦੇ ਨੇ। ਹਾਂਜੀ, ਵੱਡੇ ਬਾਈ ਹੋਣੀ ਹੈਗੇ ਨੇ। ਅਤੇ ਅੱਗੇ ਕਿਸੇ ਕਾਰਨਾਂ ਕਰਕੇ ਥੋੜ੍ਹਾ ਜਿਹਾ ਪਿੱਛੇ ਰਹੇ, ਉਹਨੂੰ ਅੱਗੇ ਤੁਸੀਂ ਕਰਨਾ, ਅਤੇ ਵੀਡੀਓ ਸ਼ੇਅਰ ਕਰ ਦਿਓ। ਧੰਨਵਾਦ ਵੀਰੇ।